ਆ ਤੇਲ ਭਜਾਉਗਾ ਜੀ ਤੁਹਾਡੇ ਘਰੋਂ ਮੱਛਰ ਮੱਖੀਆਂ ਛਿਪਕ ਲੀਆਂ ਸੱਪ ਡੱਡੂਆਂ ਨੂੰ ਦੇਖਿਓ ਤੁਸੀਂ ਕਿਵੇਂ ਭੱਜਣਗੇ ਤੁਹਾਡੇ ਘਰੋਂ ਕਰਨਾ ਕੀ ਹੈ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਨੇ ਕਿਸੇ ਆ ਭਾਂਡੇ ਦੇ ਵਿੱਚ ਜਿਵੇਂ ਘੜੇ ਦਾ ਆਪਾਂ ਨੇ ਭਾਂਡਾ ਤਿਆਰ ਕਰਿਆ ਇਹਦੇ ਵਿੱਚ ਆਪਾਂ ਨੇ ਅੱਧਾ ਲੀਟਰ ਸਰੋਂ ਦਾ ਤੇਲ ਪਾ ਲੈਣਾ ਸਰੋਂ ਦੇ ਤੇਲ ਨੂੰ ਤੁਸੀਂ ਚੰਗੇ ਤਰੀਕੇ ਨਾਲ ਉਬਾਲ ਲੈਣਾ ਪੂਰੇ ਚੰਗੇ ਤਰੀਕੇ ਨਾਲ ਜਦੋਂ ਤੱਕ ਇਹ ਤੇਲ ਫੁੱਲ ਉਬਲ ਨਹੀਂ ਜਾਂਦਾ ਉਹਨਾਂ ਟਾਈਮ ਇਹਨੂੰ ਰੱਖੋ ਇਸ ਤੋਂ ਬਾਅਦ ਆਪਾਂ ਨੂੰ ਚਾਹੀਦੀ ਹੈ ਜੀ ਆ ਮਾਚਿਸ ਦੀਆਂ ਤਿੱਲੀਆਂ ਵਾਲੀ ਡੱਬੀ ਠੀਕ ਹੈ ਆਪਣੇ ਕੋਲੇ ਜੀ ਲਗਭਗ 4-5 ਮਾਚਿਸ ਦੀਆਂ ਤਿੱਲੀਆਂ ਵਾਲੀਆਂ ਡੱਬੀਆਂ ਨੇ ਇਹਨਾਂ ਨੂੰ ਆਪਾਂ ਇੱਕ ਪਲੇਟ ਦੇ ਵਿੱਚ ਕੱਢ ਲੈਣੇ ਆ ਇਸ ਤੋਂ ਬਾਅਦ ਸਿੱਟ ਦਾਂਗੇ ਉਬਲਦੇ-ਉਬਲਦੇ ਤੇਲ ਦੇ ਵਿੱਚ ਬੜਾ ਜਿਆਦਾ ਜ਼ਬਰਦਸਤ ਫਾਰਮੂਲਾ ਹੈ ਜਿਹੜੀਆਂ ਵੀ ਚੀਜ਼ਾਂ ਇਹ ਚ ਵਰਤਾਂਗੇ ਉਹ ਹੀ ਤੁਸੀਂ ਆਪਣੇ ਘਰੇ ਐਵੇਂ ਤਿਆਰ ਕਰਕੇ ਵਰਤ ਲਿਓ ਇੱਕ ਵੀ ਤੁਹਾਡੇ ਘਰੇ ਕਿਤੇ ਮੱਛਰ ਨਹੀਂ ਰਹੂਗਾ ਕਿਤੇ ਛਿਪਕਲੀ ਸੱਪ ਡੱਡੂ ਮੈਂ ਕਹਿੰਦਾ ਯਾਰ ਕੋਈ ਵੀ ਚੀਜ਼ ਨਾ ਤੁਹਾਡੇ ਘਰੇ ਆਊਗੀ ਨਾ ਤੁਹਾਡੇ ਘਰੇ ਜੇ ਹੈਗੀ ਆ ਤਾਂ ਰਹੂਗੀ ਇਸ ਤੋਂ ਬਾਅਦ ਆਪਾਂ ਨੂੰ ਚਾਹੀਦੀਆਂ ਨੇ ਜੀ ਆਹ ਮੁਸਕਲਪੂਰ ਦੀਆਂ ਟਿੱਕੀਆਂ ਚਾਰ ਪੰਜ ਟਿੱਕੀਆਂ ਤੁਸੀਂ ਇਸ ਤਰੀਕੇ ਨਾਲ ਤੋੜ ਕੇ ਆ ਤੇਲ ਦੇ ਵਿੱਚ ਉਬਲਦੇ ਹੋਏ ਚ ਸਿੱਟ ਦਿਓ ਲਗਾਤਾਰ ਇਹਨੂੰ ਉਬਲੀ ਜਾਣ ਦਿਓ ਭੱਠੀ ਚੱਲੀ ਜਾਣ ਦਿਓ ਇਸ ਤੋਂ ਬਾਅਦ ਆਪਾਂ ਨੂੰ ਚਾਹੀਦੀ ਹੈ ਜੀ ਲਸਣ ਲਸਣ ਦੀਆਂ ਗੱਠੀਆਂ ਆਪਾਂ ਨੇ ਇੰਨੀਆਂ ਘੱਟੋ ਘੱਟ 8 ਤੋਂ 10 ਗੱਠੀਆਂ ਹੋਣ ਇਸ ਤਰੀਕੇ ਨਾਲ ਤੋੜ-ਤੋੜ ਕੇ ਇਹਦੇ ਛੋਟੇ-ਛੋਟੇ ਆਪਾਂ ਨੇ ਪੀਸ ਬਣਾ ਲੈਣੇ ਨੇ ਹੁਣ ਮੱਛਰ ਵੀ ਬਹੁਤ ਜ਼ਿਆਦਾ ਮਾਤਰਾ 'ਚ ਹੋ ਗਿਆ ਕਿਉਂਕਿ ਮੀਂਹ ਪੈ ਗਿਆ ਜੀ ਮੱਛਰ ਬੜਾ ਨਜਾਇਜ਼ ਹੋ ਗਿਆ ਤੇ ਮੱਖੀਆਂ ਪਸ਼ੂਆਂ ਦਾ ਵੀ ਬਹੁਤ ਜਿਆਦਾ ਲਹੂ ਪਿੰਦੀਆਂ ਨੇ ਇਹ ਆਪਾਂ ਨੂੰ ਵੀ ਘਰੇ ਤੰਗ ਕਰਦੀਆਂ ਨੇ ਆਪਾਂ ਨੇ ਲਹਾਸਣ ਵੀ ਸਾਰੀ ਇਹਦੇ ਵਿੱਚ ਇਸ ਤਰੀਕੇ ਨਾਲ ਪਾਤੀ ਹੁਣੇ ਫਾਰਮੂਲਾ ਜਿਹੜਾ ਉਹ ਰੈਡੀ ਹੋਣਾ ਸ਼ੁਰੂ ਹੋ ਗਿਆ ਦੇਖ ਲਓ ਆਪਣਾ ਤੇਲ ਹੈ ਜਿਹੜਾ ਉਹ ਇੰਨੀ ਡੋਜ ਦੇ ਵਿੱਚ ਗਰਮ ਹੋ ਗਿਆ ਵੀ ਆਪਣੀਆਂ ਜਿਹੜੀਆਂ ਇਹਦੇ ਵਿੱਚ ਮਾਚਿਸ ਦੀਆਂ ਤੇਲੀਆਂ ਆਪਾਂ ਸਿੱਟੀਆਂ ਸੀ ਇਹਨਾਂ ਨੂੰ ਅੱਗ ਪੈਣੀ ਸਟਾਰਟ ਹੋ ਗਈ ਆਹ ਲੋ ਜੀ ਹੁਣ ਫਾਰਮੂਲਾ ਆਪਣਾ ਬਣਨਾ ਹੈ ਸ਼ੁਰੂ ਹੋ ਗਿਆ ਇਹਨੂੰ ਬਰਤਨ ਦਾ ਵੀ ਇੱਕ ਬੜਾ ਜ਼ਬਰਦਸਤ ਤਰੀਕਾ ਹੈ ਬੜਾ ਜਿਆਦਾ ਅਲੱਗ ਦਾ ਤਰੀਕਾ ਹੈ ਮੈਂ ਕਹਿੰਨਾ ਵੀ ਅੱਜ ਤੱਕ ਤੁਸੀਂ ਇਹ ਤਰੀਕੇ ਦਾ ਯੂਜ਼ ਆਪਦੀ ਜ਼ਿੰਦਗੀ ਦੇ ਵਿੱਚ ਕਦੇ ਵੀ ਨਹੀਂ ਕਰਿਆ ਹੁਣ ਇੱਕ ਵਾਰੀ ਤੁਸੀਂ ਇਹਨੂੰ ਵਰਤ ਕੇ ਦੇਖ ਲਓ ਤੁਸੀਂ ਤਾਂ ਆਫਗੁਣਗਾਉਂਗੇ ਵੀ ਯਾਰ ਬਾ ਕਮਾਲ ਚੀਜ਼ ਹੈ ਬੜੀ ਜ਼ਬਰਦਸਤ ਚੀਜ਼ ਹੈ ਆਹ ਲੋ ਜੀ ਇਸ ਤਰੀਕੇ ਨਾਲ ਚੰਗੇ ਤਰੀਕੇ ਨਾਲ ਆਪਾਂ ਮਾਚਿਸ ਦੀਆਂ ਤੀਲੀਆਂ ਨੂੰ ਇਹਦੇ ਵਿੱਚ ਭੁੰਨ ਲਾਂਗੇ ਲਾਸਣ ਨੂੰ ਵੀ ਇਹਦੇ ਵਿੱਚ ਆਪਾਂ ਭੁੰਨ ਲਾਂਗੇ ਤੇ ਮੁਸ਼ਕ ਕਪੂਰ ਦੀਆਂ ਟਿੱਕੀਆਂ ਨੂੰ ਵੀ ਇਹਦੇ ਵਿੱਚ ਮਿਕਸ ਹੋ ਗਿਆ ਜਦੋਂ ਇਹਦਾ ਕਲਰ ਚੇਂਜ ਹੋ ਗਿਆ ਬਿਲਕੁਲ ਇਸ ਤਰੀਕੇ ਨਾਲ ਹੋ ਗਿਆ ਸਾਰੀਆਂ ਜਿਹੜੀਆਂ ਚੀਜ਼ਾਂ ਸੀ ਉਹ ਚੰਗੇ ਤਰੀਕੇ ਨਾਲ ਇਹਦੇ ਵਿੱਚ ਰੜ ਗਈਆਂ ਉਸ ਤੋਂ ਬਾਅਦ ਇਹਨੂੰ ਕਿਸੇ ਵੀ ਭਾਂਡੇ ਦੇ ਵਿੱਚ ਕੱਢ ਲਓ ਕਿਸੇ ਡੱਬੇ ਦੇ ਵਿੱਚ ਕੱਢ ਲਓ ਕਿਸੇ ਵੀ ਚੀਜ਼ ਦੇ ਵਿੱਚ ਕੱਢ ਲਓ ਫਿਰ ਆਪਾਂ ਜਿਹੜੇ ਭਾਂਡੇ ਦੇ ਵਿੱਚ ਤੇਲ ਗਰਮ ਕਰਿਆ ਸੀ ਉਹਦੇ ਵਿੱਚ ਆਪਾਂ ਇਸ ਤਰੀਕੇ ਨਾਲ ਲੱਕੜਾਂ ਰੱਖ ਲਾਂਗੇ ਛੋਟੀਆਂ-ਛੋਟੀਆਂ ਬਰੀਕ-ਬਰੀਕ ਆਪਾਂ ਲੱਕੜਾਂ ਰੱਖਾਂਗੇ ਇਸ ਤਰੀਕੇ ਨਾਲ ਇਸ ਤੋਂ ਬਾਅਦ ਇਹਦੇ ਵਿੱਚ ਆਪਾਂ ਚਲਾਵਾਂਗੇ ਜੀ ਅੱਗ ਐਡੇ ਕ ਭਾਂਡੇ ਦੇ ਵਿੱਚ ਤੁਸੀਂ ਅੱਗ ਚਲਾ ਲਓ ਜੇ ਤੁਸੀਂ ਘਰੋਂ ਮੱਛਰ ਮੱਖੀਆਂ ਸ਼ਿਵਕਲੀਆਂ ਡੱਡੂ ਸੱਪ ਕਿਸੇ ਵੀ ਚੀਜ਼ ਨੂੰ ਭਜਾਉਣਾ ਵੀ ਜੇ ਤੁਹਾਡੇ ਘਰੇ ਨਾ ਵੜੇ ਜੇ ਕੋਈ ਵੜਿਆ ਹੋਇਆ ਤਾਂ ਬਾਹਰ ਨਿਕਲ ਜੇ ਐਡੇ ਕ ਭਾਂਡੇ 'ਚ ਚਲਾ ਲਓ ਬਸ ਸ਼ਾਮ ਦਾ ਪ੍ਰੋਸੈਸ ਹੈ ਸ਼ਾਮ ਨੂੰ ਤੁਸੀਂ ਇਹਨੂੰ ਦਨ ਜਦੋਂ ਢਲਣ ਲੱਗ ਜਾਂਦਾ ਆਪਣਾ ਉਸ ਟਾਈਮ ਤੇ ਬਸ ਇਹਨੂੰ 10-15 ਮਿੰਟ ਕਰ ਲਓ ਮੈਂ ਕਹਿੰਦਾ ਕੋਈ ਵੀ ਜਿਹੜਾ ਜੀਵ ਜੰਤੂ ਹੈ ਫालतू ਜਿਹੜਾ ਤੁਹਾਨੂੰ ਪਰੇਸ਼ਾਨ ਕਰ ਸਕਦਾ ਉਹ ਤੁਹਾਡੇ ਘਰੇ ਨਹੀਂ ਰਹੂਗਾ ਦਿਨੇ ਵੀ ਕਰ ਸਕਦੇ ਹੋ ਜੇ ਮੱਛਰ ਮੱਖੀਆਂ ਤੋਂ ਤੁਸੀਂ ਪਰੇਸ਼ਾਨ ਹੋ ਐਨੀ ਅੱਗ ਤਿਆਰ ਕਰ ਲੈਣੀ ਹੈ ਵਧੀਆ ਤਰੀਕੇ ਦੀ ਇਸ ਤੋਂ ਬਾਅਦ ਜਿਹੜਾ ਆਪਣਾ ਤੇਲ ਤਿਆਰ ਕਰੇ ਥੋੜਾ ਜਿਹਾ ਇੱਥੇ ਪਾ ਦਿਓ ਇਹਦਾ ਧੂਏ ਨਾਲ ਕੋਈ ਵੀ ਚੀਜ਼ ਤੁਹਾਡੇ ਘਰੇ ਨਹੀਂ ਰਹੂਗੀ ਨਾ ਮੱਛਰ ਰਹੂ ਬਸੂਆਂ ਕੋਲੇ ਨਾ ਤੁਹਾਡੇ ਕੋਲੇ ਨਾ ਤੁਹਾਡੇ ਘਰੇ ਛਿਪਕਲੀਆਂ ਸੱਪ ਡੱਡੂ ਕੋਈ ਵੀ ਚੀਜ਼ ਜੇ ਕਿਤੇ ਲੁਕਿਆ ਹੋਇਆ ਤਾਂ ਆਹ ਧੂਏ ਨਾਲ ਭੱਜ ਜਾਊਗਾ ਪੁਰਾ ਦਾ ਯੂਜ਼ ਹੁੰਦਾ ਸੀ ਇਹਨਾਂ ਨਾਲ ਹੀ ਸੱਪ ਚਿਪਕਲੀਆਂ ਸੱਪ ਡੱਡੂ ਭਜਾਏ ਜਾਂਦੇ ਸੀ